सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਪੰਜਾਬ ਸਰਕਾਰ ਜਿੱਥੇ ਪਰਾਲੀ ਸਾੜ ਨੂੰ ਰੋਕਣ ਲਈ ਸਖਤੀ ਦੇ ਦਾਅਵੇ ਕਰ ਰਹੀ ਹੈ ਉੱਥੇ ਕਿਸਾਨਾਂ ਨੇ ਸ਼ਰਿਆਮ ਪਰਾਲੀ ਸਾੜ ਕੇ ਪ੍ਰਸ਼ਾਸਨ ਤੇ ਸਰਕਾਰ ਨੂੰ ਮੰਗਾ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਸਿੱਧੀ ਚੇਤਾਵਨੀ ਭਵਾਨੀ ਕਰਦੇ ਕਿਸਾਨਾਂ ਨੇ ਦਿੱਤੀ ਹੈ। ਇਹਨਾਂ ਕਿਸਾਨਾਂ ਨੇ ਸਰਕਾਰੀ ਹੁਕਮਾਂ ਦੇ ਭੋਰਾ ਪ੍ਰਵਾਨ ਨਾ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਜੇ ਸਰਕਾਰ ਮਸਲੇ ਦਾ ਹੱਲ ਨਹੀਂ ਕਰ ਸਕਦੀ ਤਾਂ ਉਹਨਾਂ ਨੂੰ ਇਹੀ ਕਰਨ ਲਈ ਮਜਬੂਰ ਹੋਣਾ ਪਵੇਗਾ। ਇਹ ਸਰਕਾਰ ਦੇ ਰਵੱਈਏ ਨੂੰ ਦੇਖ ਕੇ ਪ੍ਰਸ਼ਾਸਨ ਦੇ ਰਵੱਈਏ ਨੂੰ ਦੇਖ ਕੇ ਅਸੀਂ ਕੀਤਾ ਹੈ। ਸਾਨੂੰ ਮੁੜਮਾ ਕੋਈ ਪ੍ਰਬੰਧ ਸਰਕਾਰ ਦੇ ਨਹੀਂ ਸਕੀ। ਉੱਤੋਂ ਸਰਕਾਰ ਕਿਸਾਨਾਂ ਨੂੰ ਡਰਾਉਣ ਲੱਗੀ ਹੋਈ ਹੈ ਵੀ ਜੇ ਤੁਸੀਂ ਅੱਗ ਲਾਓਗੇ ਅਸੀਂ ਬਹੁਤ ਕੁਛ ਕਰ ਦਾਂਗੇ। ਅਸੀਂ ਇਹ ਕਿਸਾਨਾਂ ਦਾ ਡਰ ਕੱਢਣਾ ਚਾਹੁੰਦੇ ਹਾਂ। ਲੋਕਾਂ ਦੀ ਅਦਾਲਤ ਮੂਹਰੇ, ਲੋਕਾਂ ਮੂਹਰੇ ਕੋਈ ਸਰਕਾਰ ਵੱਡੀ ਨਹੀਂ। ਸਾਨੂੰ ਕੋਈ ਪ੍ਰਬੰਧ ਨਹੀਂ ਦੇ ਸਕੀ। ਸਰਕਾਰ ਸਾਡੇ ਨਾਲ ਅਧਿਕਾਰੀ ਬਹਿ ਕੇ ਗੱਲ ਤਾਂ ਕਰਨਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰਾਂ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਨ ਲਈ ਮੁਕੰਮਲ ਮਦਦ ਨਹੀਂ ਕਰ ਰਹੀਆਂ, ਇਸ ਲਈ ਪਹਿਲਾਂ ਹੀ ਕਰਜ਼ੇ ਹੇਠਾਂ ਦੱਬੇ ਕਿਸਾਨ ਕੋਲ ਅੱਗ ਲਾਉਣ ਤੋਂ ਇਲਾਵਾ ਕੋਈ ਵੀ ਹੋਰ ਰਸਤਾ ਨਹੀਂ ਹੈ। ਵੱਡੀਆਂ ਮਸ਼ੀਨਾਂ ਵੱਡੇ ਟਰੈਕਟਰ ਨਾਲ ਚੱਲਦੀਆਂ ਨੇ ਜੀ। ਉਸ ਤੋਂ ਬਾਅਦ ਜਿਹੜਾ ਛੋਟਾ ਕਿਸਾਨ ਹੈ, ਮੰਨ ਲਓ ਕਿਸੇ ਕੋਲੇ ਇਹ ਕਹਿੰਦੇ ਨੇ ਹੈਪੀ ਸੀਡਰ ਨਾਲ ਕਣਕ ਬੀਜ ਲਓ, 4 ਕਿੱਲੇ ਕਿਸਾਨ ਕੋਲੇ ਜ਼ਮੀਨ ਦੇ ਹੈ, ਉਹਨੇ ਹੈਪੀ ਸੀਡਰ ਨਾਲ ਬੀਜ ਲਈ, ਉਸ ਤੋਂ ਬਾਅਦ ਉਹ 'ਚ ਕੋਈ ਬਿਮਾਰੀ ਦੀ ਸਮੱਸਿਆ ਆਉਂਦੀ ਹੈ, ਉਦੋਂ ਸਾਡੀ ਕੋਈ ਗੱਲ ਨਹੀਂ ਸੁਣਦਾ। ਹੁਣ 4 ਕਿੱਲਿਆਂ ਦਾ ਉਹੀ ਕਮਾਉਂਦਾ, ਉਹੀ ਖਾਂਦਾ। ਪਰਾਲੀ ਤੋਂ ਅੱਗ ਤੋਂ ਬਿਨਾਂ ਜੀ ਕਣਕ ਦੀ ਬਿਜਾਈ ਹੈ ਜਿਹੜੀ ਉਹ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਵਾਸਤਾ ਪਾ ਕੇ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਸੀ, ਪਰ 100 ਦਿਨ ਤੇ ਵਾਸਤੇ ਪਾਉਣ ਨਾਲ ਨਾ ਤਾਂ ਕਿਸਾਨਾਂ ਦੀ ਮਦਦ ਹੋ ਸਕਦੀ ਹੈ ਤੇ ਨਾ ਹੀ ਪਰਾਲੀ ਦਾ ਕੋਈ ਹੱਲ। ਨਸ਼ਾ ਪੰਜਾਬ ਵਿੱਚ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਨਸ਼ਾ ਵਿਰੁੱਧ ਚਲਾਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ 2 ਸਕੀਆਂ ਭੈਣਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ SHO ਗੌਰਵਪੰਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਦੋਵਾਂ ਭੈਣਾਂ ਨਿਤਿਕਾ ਉਮਰ 23 ਸਾਲ ਤੇ ਪ੍ਰਤੀਗਿਆ ਉਮਰ 33 ਸਾਲ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 14 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਦੋਵੇਂ ਨੇਪਾਲ ਦੀਆਂ ਰਹਿਣ ਵਾਲੀਆਂ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਵੇਂ ਬਠਿੰਡਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਡਾਂਸਰ ਵਜੋਂ ਕੰਮ ਕਰਦੀਆਂ ਨੇ ਤੇ ਕਈ ਸਾਲਾਂ ਤੋਂ ਹੈਰੋਇਨ ਦਾ ਨਸ਼ਾ ਕਰਦੀਆਂ ਹਨ। ਇਹ ਹੈਰੋਇਨ ਦਿੱਲੀ ਤੋਂ ਲੈ ਕੇ ਆਉਂਦੀਆਂ ਨੇ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਕਾਰ ਸਵਾਰ ਨੌਜਵਾਨ ਨੇ PRTC ਦੀ ਇੱਕ ਬੱਸ ਦੀ ਵੀਡੀਓ ਵਾਇਰਲ ਕਰਕੇ ਵੱਡੇ ਸਵਾਲ ਚੁੱਕੇ ਨੇ। ਨੌਜਵਾਨ ਲਾਈਵ ਵੀਡੀਓ ਵਿੱਚ ਦੱਸ ਰਿਹਾ ਕਿ ਉਹ ਪਟਿਆਲਾ ਚੰਡੀਗੜ੍ਹ ਹਾਈਵੇ ਉੱਤੇ ਹੈ ਤੇ ਉਸ ਦੇ ਅੱਗੇ ਜਾ ਰਹੀ ਸਰਕਾਰੀ ਬੱਸ ਦੇ ਪਿੱਛੇ ਨਾ ਹੀ ਕੋਈ ਲਾਈਟ ਹੈ ਤੇ ਨਾ ਹੀ ਕੋਈ ਇੰਡੀਕੇਟਰ। ਪੁਲਿਸ ਵਾਲੇ ਸਰਕਾਰੀ ਬੱਸ ਦਾ ਚਲਾਨ ਕਿਉਂ ਨਹੀਂ ਕੱਟਦੇ? ਇਹ ਬੱਸ ਚੰਡੀਗੜ੍ਹ ਜਾ ਰਹੀ ਹੈ ਤੇ ਪੁਲਿਸ ਹੋਰਾਂ ਵਾਹਨਾਂ ਦਾ ਇੱਕ ਲਾਈਟ ਨਾ ਹੋਣ ਉੱਤੇ ਝੱਟ ਚਲਾਨ ਕੱਟ ਦਿੰਦੀ ਹੈ, ਪਰ ਇਹਨਾਂ ਨੂੰ ਕੋਈ ਕਿਉਂ ਨਹੀਂ ਪੁੱਛਦਾ? ਦੇਖੋ ਜੀ, ਬੱਸ PB65G9963 ਤੇ ਬੱਸ ਦੀ ਹਾਲਤ ਦੇਖੋ ਕਿੰਨੀ ਟੇਢੀ ਹੈਗੀ ਹੈ। ਸੈਕਿੰਡਲੀ ਇਹਦੇ ਵਿੱਚ ਕੋਈ ਇੰਡੀਕੇਟਰ ਨਹੀਂ, ਕੋਈ ਰੈੱਡ ਲਾਈਟ ਨਹੀਂ ਲੱਗੀ ਹੋਈ, ਬ੍ਰੇਕ ਲਾਈਟ ਨਹੀਂ ਲੱਗੀ ਹੋਈ, ਕੋਈ ਪਤਾ ਨਹੀਂ ਲੱਗੇਗਾ ਬੱਸ ਨੇ ਕਿੱਧਰ ਨੂੰ ਮੁੜਨਾ। ਇਹਨਾਂ ਦਾ ਆਪਣੀ ਹਕੂਮਤ ਚੱਲ ਰਹੀ ਹੈ, ਕਦੇ ਕਿਤੇ ਵੀ ਮੋੜ ਦਿੰਦੇ ਨੇ, ਨਾ ਇੰਡੀਕੇਟਰ ਲਾਉਣ ਦੀ ਇਹਨਾਂ ਨੂੰ ਉਹ ਹੈਗੀ। ਇਹਨਾਂ ਤੇ ਕਿਉਂ ਨਹੀਂ ਚਲਾਨ ਹੋ ਰਿਹਾ? ਜੇ ਸਾਡਾ ਇੱਕ ਬਲਾਈਟ ਨਹੀਂ ਚਲਦੀ ਹੁੰਦੀ, ਚੰਡੀਗੜ੍ਹ ਦੇ ਵਿੱਚ ਚਲਾਨ ਹੈ। ਮੈਂ ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਤੇ ਔਰ ਇਹ ਬੱਸ ਚੰਡੀਗੜ੍ਹ ਜਾ ਰਹੀ ਹੈ। ਚੰਡੀਗੜ੍ਹ ਪੰਜਾਬੀ ਚ ਵੱਡਾ ਵੱਡਾ ਲਿਖਿਆ ਵੀ ਹੋਇਆ, ਔਰ ਚੰਡੀਗੜ੍ਹ ਦੇ ਵਿੱਚ ਸਾਡਾ ਹਾਈ ਬੀਮ ਹੁੰਦੀ ਹੈ ਤੇ ਚਲਾਨ ਹੋ ਜਾਂਦਾ, ਤੇ ਇਹਦਾ ਕੋਈ ਚਲਾਨ ਨਹੀਂ ਹੈਗਾ। ਇਹਨੂੰ ਪਲੀਜ਼ ਸ਼ੇਅਰ ਕਰੋ। ਸਭ ਤੋਂ ਵੱਧ ਐਕਸੀਡੈਂਟ ਸਾਰੇ ਪਰਿਵਾਰ ਰੋਲ ਤੇ ਇਹ ਬੱਸ ਵਾਲੇ ਨੇ, PRTC ਨੇ, ਪੰਜਾਬ ਰੋਡਵੇਜ਼ ਨੇ। ਇੰਨੀ ਗੰਦੀ ਤਰੀਕੇ ਨਾਲ ਚਲਾਉਂਦੇ ਨੇ, ਸਾਰੇ ਰੂਲ ਇਹ ਤੋੜਦੇ ਨੇ। ਇਹਨਾਂ ਤੇ ਕੋਈ ਉਹ ਨਹੀਂ ਹੁੰਦਾ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਾ ਡਰਾਈਵਰ ਕੰਡਕਟਰ ਇਹਦਾ ਹੋਊਗਾ ਜਾਂ ਇਹਨਾਂ ਦਾ ਸੀਨੀਅਰ ਰਿਪੋਰਟਿੰਗ ਆਫਿਸਰ ਹੈਗਾ, ਉਹਨੂੰ ਸਸਪੈਂਡ ਕਰਨਾ ਚਾਹੀਦਾ। ਸਾਡੀ ਸਸਪੈਂਸ਼ਨ ਦੀ ਹੀ ਮੰਗ ਹੈਗੀ ਹੈ। ਆਹ ਬੱਸ ਹੈਗੀ ਹੈ, ਦੇਖ ਲਓ, ਉੱਪਰ ਤੱਕ ਬਾਹਰ ਤੱਕ ਭਰੀ ਹੋਈ ਹੈ। ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਯਾਲੀ ਨੇ ਪੁਲਿਸ ਤੇ ਅਕਾਲੀ ਵਰਕਰਾਂ ਨੂੰ ਤੰਗ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਉਮੀਦਵਾਰ ਦਾ ਦੋਸ਼ ਹੈ ਕਿ ਦੂਜੇ ਜ਼ਿਲ੍ਹਿਆਂ ਦੀ ਪੁਲਿਸ ਤੇ ਗੁੰਡੇ ਕਾਂਗਰਸ ਦੀ ਸ਼ਹਿ ਉੱਤੇ ਪਿੰਡਾਂ 'ਚ ਅਕਾਲੀ ਵਰਕਰਾਂ ਨੂੰ ਚੁੱਕਣ ਲਈ ਆਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਮੁੱਲਾਪੁਰ ਚੌਂਕ 'ਚ 18 ਗੱਡੀਆਂ ਨੂੰ ਲੀਡ ਕਰਦੀ ਇਨੋਵਾ ਗੱਡੀ ਨੂੰ ਘੇਰ ਲਿਆ। ਯਾਲੀ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ। ਉਹਨਾਂ ਦਾ ਦੋਸ਼ ਹੈ ਦੂਜੇ ਜ਼ਿਲ੍ਹਿਆਂ ਦੀ ਪੁਲਿਸ ਤੇ ਬਾਊਂਸਰ ਅਕਾਲੀ ਵਰਕਰਾਂ ਨੂੰ ਧਮਕਾਉਂਦੇ ਆਏ ਸਨ। ਉਹਨਾਂ ਨੇ ਗੱਡੀ ਨੂੰ ਘੇਰ ਲਿਆ, ਜਦਕਿ ਬਾਕੀ ਮੌਕੇ ਤੋਂ ਭੱਜ ਗਏ। ਮਨਪ੍ਰੀਤ ਯਾਲੀ ਨੇ ਕਿਹਾ ਕਿ ਪੁਲਿਸ ਨਾਜਾਇਜ਼ ਹੀ ਅਕਾਲੀ ਵਰਕਰਾਂ ਨੂੰ ਚੁੱਕ ਰਹੀ ਹੈ ਤੇ ਵਰਕਰਾਂ ਨੂੰ ਡਰਾ ਧਮਕਾ ਰਹੀ ਹੈ। ਇੱਥੇ 10 ਗੱਡੀਆਂ ਜਿਹੜੀਆਂ ਬਾਹਰਲੀ ਪੁਲਿਸ ਹੈਗੀ ਆ, 10 ਗੱਡੀਆਂ ਬਾਹਰਲੇ ਜ਼ਿਲ੍ਹੇ ਦੀਆਂ ਪੁਲਿਸ ਆ, ਨਾਲ ਆ ਗੱਡੀ ਆ
ਇੱਥੇ ਨਾਲ ਗੁੰਡੇ ਨੇ ਇਹਨਾਂ ਦੇ ਨਾਲ, ਮੇਰਾ ਖਿਆਲ 100 ਗੁੰਡਾ ਹੋਊਗਾ। ਇਹ ਗੱਡੀਆਂ ਰਾਤ ਨੂੰ ਸਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਈ ਇਹ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ, ਕਾਹ ਗੱਡੀ ਅਸੀਂ ਸਾਰਿਆਂ ਦੀ ਰਿਕਾਰਡਿੰਗ ਕਰ ਲਈ ਆ। ਸੋ ਇੱਥੇ ਪੁਲਿਸ ਨਾਲ ਇਹ ਸਾਰੇ ਬੰਦੇ ਨੇ, ਉਹਨੂੰ ਡੀ ਐਸ ਪੀ ਸਾਹਿਬ ਨੂੰ ਬੁਲਾਓ, ਇੱਥੇ ਐਸ ਐਸ ਪੀ ਸਾਹਿਬ ਨੂੰ ਗੱਡੀ ਲੱਗੀ ਰਹਿਣ ਦੇ, ਐਸ ਐਸ ਪੀ ਸਾਹਿਬ ਨੂੰ ਬੁਲਾਓ, ਇੱਥੇ ਐਸ ਐਸ ਪੀ ਸਾਹਿਬ ਨੂੰ ਇੱਥੇ ਕਾਲ ਕਰੋ, ਐਸ ਐਸ ਪੀ ਸਾਹਿਬ ਨੂੰ, ਆਹ ਮੁੰਡੇ ਨੇ, ਐਸ ਐਸ ਪੀ ਸਾਹਿਬ ਨੂੰ ਬੁਲਾਓ, ਆਹ ਮੁੰਡੇ ਨੂੰ ਕਰੋ ਫੋਨ, ਐਸ ਐਸ ਪੀ ਸਾਹਿਬ ਨੂੰ, ਡੀ ਐਸ ਪੀ ਸਾਹਿਬ ਸਾਡੇ ਨਾ ਪਿੰਡਾਂ ਦੇ ਵਿੱਚ ਜਾਂਦੇ ਆ, ਬਾਹਰਲੇ ਜ਼ਿਲ੍ਹਿਆਂ ਤੋਂ ਪੁਲਿਸ ਲੈ ਜਾਂਦੀ ਹੋਈ ਆ, 10 ਗੱਡੀਆਂ ਨੇ ਪੁਲਿਸ ਦੀਆਂ ਤੇ ਨਾਲ 10 ਗੱਡੀਆਂ ਗੁੰਡੇ ਆ ਵੀ ਵਰਕਰਾਂ ਨੂੰ ਡਰਾਉਣ ਤੋਂ ਮਕਾਉਣ। ਸੋ ਇਹਨਾਂ ਨੇ 5 ਪਿੰਡ ਘਰੇ ਰੇਡ ਕੀਤੇ, ਲੋਕਲ ਪੁਲਿਸ ਦਾ ਨੌਲੇਜ ਵੀ ਹੈ ਨਹੀਂ, ਮੈਂ ਡੀ ਆਈ ਜੀ ਸਾਹਿਬ ਦੇ ਧਿਆਨ 'ਚ ਲਿਆਂਦਾ। ਇਹ ਤਾਂ ਮੈਂ ਕੁਦਰਤੀ ਗੱਡੀਆਂ, ਸਾਨੂੰ ਪਤਾ ਲੱਗਿਆ ਵੀ ਹੁਣੇ ਡਰਾ ਕੇ ਗਏ ਨੇ, ਅਸੀਂ ਪਿੱਛੇ ਲਾਈਆਂ ਗੱਡੀਆਂ, ਹੁਣੇ ਭੱਜੇ ਨੇ ਸਾਰੇ 10 ਪੁਲਿਸ ਵਾਲੀਆਂ ਗੱਡੀਆਂ ਭੱਜ ਗਈਆਂ ਸਾਰੇ। ਇੱਕ ਲੁਧਿਆਣਾ ਨੰਬਰ ਗੱਡੀ ਸੀ PB10GC0698, ਹੁਣੇ ਸਾਰੇ ਨੰਬਰ ਫੇਸਬੁੱਕ ਤੇ ਪਾਉਣੇ ਸਾਰੀਆਂ ਗੱਡੀਆਂ ਵੀ ਆ ਗੱਡੀਆਂ ਪੁਲਿਸ ਲੈ ਕੇ ਨਾ ਸਾਰੀਆਂ ਵੀ ਇੱਥੇ ਵਰਕਰਾਂ ਨੂੰ ਡਰਾਉਂਦੇ ਧਮਕਾਉਂਦੇ ਫਿਰਦੇ, ਹੁਣੇ ਇਹ ਸਾਰਿਆਂ ਦੀ ਮੇਰੀ ਫੋਟੋ ਖਿੱਚੀ ਆ ਨਾ, ਇਹ ਸਾਰੀਆਂ ਲਾਓ ਸਾਰੀਆਂ ਆਪਣੇ ਕੈਮਰੇ ਚ ਵੀ ਨੇ ਗੱਡੀ ਵਾਲੇ, ਸਾਰੇ ਪੁੱਗੇ ਪਾਓ, ਸਾਰੇ ਸਾਰੀ ਗੱਡੀਆਂ ਨੰਬਰ ਨੇ ਜੀ ਸਾਰੀ। ਕਾਲੇ ਸ਼ਾਂਤੀ ਰੱਖੋ DSP ਸਾਹਿਬ। ਹੈਲੋ, ਮੈਂ ਮੁੱਲਾਪੁਰ ਚੌਂਕ ਚ ਖੜਾ ਜਿੱਥੋਂ ਰੈਕੋਰਡ ਰੋਡ ਨੂੰ ਮੁੜਦੇ ਆ, ਇਹ ਬੰਦੇ ਸਾਡੇ ਬੰਦਿਆਂ ਨੂੰ ਡਰਾ ਕੇ ਨਾ ਗਾਲਾਂ ਕੱਢ ਕੇ ਆਏ ਨੇ ਪਿੰਡਾਂ ਚ ਤੁਹਾਡੀ, 10 ਗੱਡੀਆਂ ਪੁਲਿਸ ਦੀਆਂ, ਸਾਰੇ ਨੰਬਰ ਮੈਂ ਲੈ ਲਏ ਨੇ, ਨਾਲ ਇਹਨਾਂ ਨਾਲ ਗੁੰਡੇ ਨੇ 10 ਗੱਡੀਆਂ ਚ ਵੀਡੀਓ ਚ, ਹੁਣ ਗੱਡੀਆਂ ਭਜਾ ਕੇ ਲੈ ਕੇ, ਇੱਕ ਗੱਡੀ ਅਸੀਂ ਰੋਕੀ ਆ ਮੂਹਰਲੀ ਮੁੱਲਾਪੁਰ ਚੌਂਕ ਚ ਖੜਾ ਮੈਂ ਆਪ ਰੋਕੀ, ਮੈਂ ਤੈਨੂੰ ਦਿਖਾਉਣਾ ਸਾਰੀਆਂ ਕੌਣ ਨੇ, ਤੁਹਾਨੂੰ ਵੀਡੀਓ ਬਣਾ ਲਈਆਂ ਅਸੀਂ ਸਾਰਾ। ਯਾਰ ਬਾਹਰਲੇ ਜ਼ਿਲ੍ਹਿਆਂ ਦੀ ਪੁਲਿਸ ਬੰਦਿਆਂ ਨੂੰ ਸਾਡੇ ਚੱਕਣ ਆਈ ਹੋਈ ਆ, ਨਾਲ ਗੁੰਡੇ ਨੇ, ਨਾਲ ਗੁੰਡੇ ਇਹਨਾਂ ਦੇ ਨਾਲ ਗੱਡੀਆਂ 'ਚ, ਬਾਊਂਸਰ ਨੇ ਨਾਲ, ਅਸੀਂ ਘੇਰੀ ਖੜੇ ਆ ਚੌਂਕ ਦੇ ਵਿੱਚ। ਹੁਣ ਤੁਸੀਂ ਕਿੱਥੇ ਹੋ ਆਪ, ਯਾਰ ਤੁਸੀਂ ਘੇਰਦੇ ਹੋ ਫਿਰ ਅਸੀਂ ਕਾਹਨੂੰ ਤੁਰੇ ਫਿਰੀਏ ਰਾਤ ਨੂੰ, ਹੈ ਇਹ ਸਾਡੇ ਇਕੱਲੇ ਇਕੱਲੇ ਪਿੰਡ ਜਾ ਕੇ ਵਰਕਰਾਂ ਨੂੰ ਚੱਕਦੇ ਫਿਰਦੇ ਨੇ, ਯਾਰ ਹੋਰ ਅਸੀਂ ਕੀ ਕਰੀਏ ਦੱਸੋ। ਯਾਰ ਜੇ ਤੁਹਾਡੇ ਤੁਸੀਂ ਇਹ ਕੰਮ ਕਰੋ ਤਾਂ ਸਾਨੂੰ ਇਹ ਗੱਲਾਂ ਕਰਦੇ, ਇਹ ਤਾਂ ਮਰਨ ਮਰਾਉਣ ਤੇ ਆਏ ਹੋਏ, ਹੁਣ 2 ਦਿਨ ਇਹ ਮਰਜ਼ੀ ਹੈ ਕੋਈ ਗੱਲ ਨਹੀਂ, ਵਾਰ ਵਾਰ ਥੋੜੀ ਮਰਨਾ ਵਾ, ਨਹੀਂ ਸਾਨੂੰ ਦੇਖ ਡਰੇ ਕਿਉਂ ਸਾਡਾ, ਅਸੀਂ ਪੁੱਛਿਆ ਵੀ ਗੱਲ ਕਰੋ, ਪੁਲਿਸ ਵਾਲੇ ਗੱਡੀਆਂ ਭਜਾ ਕੇ ਲੈ ਕੇ, ਸਾਰੇ ਪੁਲਿਸ ਦੇ ਡਰਦੀ ਹੁੰਦੀ ਆ, 5 ਗੱਡੀਆਂ ਪੁਲਿਸ ਵਾਲੇ ਗੱਡੀਆਂ ਭਜਾ ਕੇ ਲੈ ਗਏ, ਮੈਂ ਖੜਿਆ ਜੇ ਉਤਰ ਕੇ, ਨਹੀਂ ਪੁਲਿਸ ਡਰਦੀ ਕਿਉਂ ਭੱਜੀ ਆ। ਹਾਂਜੀ ਹਾਂਜੀ, ਇਹ ਆ ਸਾਰੇ ਅਸੀਂ ਨੰਬਰ ਲੈ ਲਏ ਗੱਡੀਆਂ ਦੇ, ਤੁਸੀਂ ਹੁਣੇ ਵਾਇਰਲੈਸ ਕਰੋ, ਟਰੇਸ ਕਰੋ, ਇਹਨਾਂ ਨੇ ਪੁੱਛੋ ਜੀ ਤੁਸੀਂ ਆਪ ਕਿੱਥੇ ਹੋ, ਮੌਕੇ ਤੇ ਭੇਜੋ, ਅਫਸਰ ਭੇਜੋ, ਤੁਸੀਂ ਆਪਣੀ ਫੋਰਸ ਭੇਜੋ ਜੀ ਚੌਂਕ ਚ, ਜਦੋਂ ਆਪਾਂ ਪੁਲ ਦੇ ਥੱਲੇ ਰੈਕੋਰਡ ਰੋਡ ਨੂੰ ਮੁੜਦੇ, ਇੱਥੇ ਆਪਣੀ ਫੋਰਸ ਭੇਜੋ, ਮੈਂ ਉੱਥੇ ਖੜਾ, ਜਦੋਂ ਆਪਾਂ ਮੁੱਲਾਪੁਰ ਚੌਂਕ ਤੋਂ ਮੁੜਦੇ ਹਾਂ ਪਤਾ ਲੱਗ ਜਾਣਾ ਚੌਂਕ ਚ, ਹਾਂਜੀ ਮੈਂ ਉੱਥੇ ਖੜਾ ਜੀ, ਉੱਥੇ ਭੇਜੋ, ਫੋਰਸ ਭੇਜੋ ਤੁਸੀਂ ਹੁਣੇ। ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਨਾਲ ਜਿੱਥੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ, ਉੱਥੇ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਪਾਕਿਸਤਾਨ ਨੂੰ ਵੱਡੀ ਰਾਹਤ ਮਿਲੇਗੀ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਪਾਕਿਸਤਾਨ ਸਰਵਿਸ ਫੀਸ ਦੇ ਆਧਾਰ ਤੇ $20 ਪ੍ਰਤੀ ਵਿਅਕਤੀ ਵਸੂਲੇਗਾ। ਜਾਣਕਾਰੀ ਮੁਤਾਬਿਕ ਹਰ ਸਾਲ 18 ਲੱਖ ਸ਼ਰਧਾਲੂ ਜਾਣਗੇ ਤਾਂ ਪਾਕਿਸਤਾਨ ਨੂੰ ਫੀਸ ਦੇ ਰੂਪ ਵਿੱਚ 260 ਕਰੋੜ ਰੁਪਏ ਮਿਲਣਗੇ। ਪਾਕਿਸਤਾਨ ਨੇ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਵਿੱਚ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਹੈ। ਇਸ ਹਿਸਾਬ ਨਾਲ ਪਾਕਿਸਤਾਨ ਨੂੰ ਪ੍ਰਤੀ ਵਿਅਕਤੀ $20 ਫੀਸ ਰਾਹੀਂ ਹਰ ਸਾਲ 570 ਕਰੋੜ ਰੁਪਏ ਦੀ ਆਮਦਨੀ ਹੋਵੇਗੀ। ਭਾਰਤੀ ਰੁਪਏ ਦੇ ਹਿਸਾਬ ਨਾਲ 260 ਕਰੋੜ ਬਣਦਾ ਹੈ। ਪਾਕਿਸਤਾਨ ਸਰਕਾਰ ਸਰਵਿਸ ਫੀਸ ਮਾਫ਼ ਨਹੀਂ ਕਰਦੀ ਤਾਂ ਭਾਰਤ ਤੋਂ ਹਰ ਸਾਲ 270 ਕਰੋੜ ਰੁਪਏ ਪਾਕਿਸਤਾਨ ਨੂੰ ਜਾਣਗੇ। ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਦਰਸ਼ਨ ਕਰ ਸਕਣਗੇ ਪਰ ਪਾਸਪੋਰਟ ਦਿਖਾਉਣਾ ਹੋਵੇਗਾ। ਸਵਰਗਵਾਸੀ ਸਰਦਾਰ ਗੰਭੀਰ ਸਿੰਘ ਢਿੱਲੋਂ ਦੁਆਰਾ ਸਥਾਪਿਤ ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਨੂਨ ਜੀਨੀਅਸ ਕੇਂਦਰੀ ਪਬਲਿਕ ਸਕੂਲ ਕਰਿਆੜਵਾਲਾ ਦੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੌਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਮੌਕੇ NRI ਵੈਲਫੇਅਰ ਸੋਸਾਇਟੀ ਆਫ ਇੰਡੀਆ ਵੱਲੋਂ ਆਯੋਜਿਤ ਕਾਮਨਾਥ ਸਦਨ ਵੈਸਟਮਾਸਟਰ ਲੰਡਨ ਵਿਖੇ ਹੋਏ ਸਮਾਗਮ ਵਿੱਚ ਅਵਾਰਡ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਖੁਸ਼ੀ ਨੂੰ ਜਾਹਿਰ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੌਰ ਨੇ ਆਖਿਆ ਕਿ ਉਹਨਾਂ ਦੀ ਇਸ ਪ੍ਰਾਪਤੀ ਦਾ ਸਿਰਾ ਸਮੁੱਚੇ ਸਕੂਲ ਨੂੰ ਜਾਂਦਾ ਹੈ ਜਿਸ ਦੀ ਬਦੌਲਤ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਰਾਸ਼ਟਰ ਤੇ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਿਆ ਹੈ। ਸਕੂਲ ਚੇਅਰਪਰਸਨ ਡਾਕਟਰ ਚਰਨਜੀਤ ਕੌਰ ਢਿੱਲੋਂ ਨੇ ਆਖਿਆ ਕਿ ਉਹਨਾਂ ਦੀ ਇਹ ਪ੍ਰਾਪਤੀ ਕੇਵਲ ਸਕੂਲ ਦੇ ਲਈ ਹੀ ਨਹੀਂ ਬਲਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ।
You are watching NC7 News. To give advertisement for flash ad, video ad and paid stories on this channel, contact us on 9855858559.